ਜਦੋਂ ਦਿਨ ਹਸ਼ਰ ਦੇ ਸਵਾਲ ਹੋਣਗੇ। ਜਦੋਂ ਦਿਨ ਹਸ਼ਰ ਦੇ ਸਵਾਲ ਹੋਣਗੇ। ਅਗਲਾ ਮਿਸਰਾ ਜੋਹਰ ਬਾਈ ਕਿੰਨਾ ਖੂਬਸੂਰਤ ਹੈ ਹਜ਼ਰਤ ਮੁਫਤੀ ਸਾਹਿਬ। ਅਗਲਾ ਮਿਸਰਾ ਇਸ ਸ਼ੇਰ ਦਾ ਕਿੰਨਾ ਖੂਬਸੂਰਤ ਹੈ ਕਿ ਮੈਂ ਦਾਅਵੇ ਸੇ ਕਹਿਤਾ ਹੂੰ ਕਿ ਆਪ ਸੁਣੇਂਗੇ ਆਪਕੇ ਦਿਲ ਸੇ ਸਵਾਲ ਹੈ ਇਨਸ਼ਾ ਅੱਲਾਹ। ਜਦੋਂ ਦਿਨ ਹਸ਼ਰ ਦੇ ਸਵਾਲ ਹੋਣਗੇ ਹਾਮੀ ਸਾਡੇ ਆਮਿਨਾ ਦੇ ਲਾਲ ਹੋਣਗੇ। ਜਦੋਂ ਦਿਨ ਹਸ਼ਰ ਦੇ ਸਵਾਲ ਹੋਣਗੇ ਹਾਮੀ ਸਾਡੇ ਆਮਿਨਾ ਦੇ ਲਾਲ ਹੋਣਗੇ। ਜੰਨਤ ਨੂੰ ਜਾਏਗੀ ਸਵਾਰੀ ਸਵਾਰੀ ਆਪ ਦੀ ਅੱਗੇ ਅੱਗੇ ਹਜ਼ਰਤ ਬਿਲਾਲ ਹੋਣਗੇ। ਅੱਗੇ ਅੱਗੇ ਹਜ਼ਰਤ ਬਿਲਾਲ ਹੋਣਗੇ ਹਾਮੀ ਸਾਡੇ ਆਮਿਨਾ ਦੇ ਲਾਲ ਹੋਣਗੇ। ਜਦੋਂ ਦਿਨ ਹਸ਼ਰ ਦੇ ਸਵਾਲ ਹੋਣਗੇ ਹਾਮੀ ਸਾਡੇ ਆਮਿਨਾ ਦੇ ਲਾਲ ਹੋਣਗੇ। ਜਿਹੜੇ ਸਦਾ ਮੁਸਤਫਾ ਦੇ ਨਾਲ ਹੋਣਗੇ। ਜੰਨਤਾਂ ਵਿੱਚ ਮੁਸਤਫਾ ਦੇ ਨਾਲ ਹੋਣਗੇ ਹਾਮੀ ਸਾਡੇ ਆਮਿਨਾ ਦੇ ਲਾਲ ਹੋਣਗੇ। ਅੰਬੀਆ ਵੀ ਪੁਕਾਰ ਰਹੇ ਹੋਣਗੇ ਨਫਸੀ ਨਫਸੀ, ਲੇਕਿਨ ਮੇਰੇ ਆਕਾ ਮੇਰਾ ਸਰਕਾਰ ਉਸ ਵਕਤ ਵੀ ਯਾ ਰੱਬੀ ਉਮਤੀ ਹਮੇ ਕਿਸੀ ਵੀ ਮੌਕਾ ਪਰ ਲੀ ਮੈਂ ਗੁਫਤਗੂ ਨਹੀਂ ਕਰਤਾ। ਬਾਰਲ ਬਹੁਤ ਹੀ ਖੂਬਸੂਰਤ ਸ਼ੇਰ ਹੋ, ਜਬ ਇਹ ਸ਼ੇਰ ਪੂਰਾ ਹੋ ਇਸ ਸ਼ੇਰ ਪਰ ਮੈਂ ਆਪਸੇ ਕਹੂੰਗਾ ਕਿ ਆਪਨੇ ਹਜ਼ੂਰ ਕੀ ਮੁਹੱਬਤ ਮੇਂ ਦਾਇਆ ਹਾਥ ਬੁਲੰਦ ਕਰਕੇ ਕਹਿਣਾ ਹੈ ਸੁਭਾਨ। ਜਬ ਸ਼ੇਰ ਪੂਰਾ ਹੋ, ਸ਼ੇਰ ਪੂਰਾ ਸਾਡੇ ਹੀ ਖਿਆਲ ਹੋਣਗੇ ਮਾਨੋ ਸਾਡੇ ਹੀ ਖਿਆਲ ਹੋਣਗੇ ਹਾਮੀ ਸਾਡੇ ਆਮਿਨਾ ਦੇ ਲਾਲ ਹੋਣਗੇ। ਜਦੋਂ ਦਿਨ ਹਸ਼ਰ ਦੇ ਸਵਾਲ ਹੋਣਗੇ ਹਾਮੀ ਸਾਡੇ ਆਮਿਨਾ ਦੇ ਲਾਲ ਹੋਣਗੇ। ਆਖਰੀ ਸ਼ੇਰ ਮੈਂ ਇਸ ਕਲਾਮ ਕਾ ਪੜ ਰਹਾ ਹੂੰ, ਉਸੇ ਪਾਸੇ ਰਹਿਮਤ ਰਸੂਲ ਕਿਹੜੇ ਪਾਸੇ ਕਿਹੜੇ ਪਾਸੇ। ਅਗਲੇ ਮਿਸਰੇ ਮੈਂ ਜਿਨ ਹਸਤੀਓ ਕਾ ਜ਼ਿਕਰ ਕਰ ਰਹਾ ਹੂੰ, ਜਿਨ ਸ਼ਹਿਜ਼ਾਦੋ ਕਾ ਜ਼ਿਕਰ ਕਰਨੇ ਲਗਾ ਹੂੰ, ਮੈਂ ਦੇਖਤਾ ਹੂੰ ਆਪਕੇ ਦਿਲ ਮੇਂ ਕਿਤਨੀ ਮੁਹੱਬਤ ਹੈ ਔਰ ਮੁਝੇ ਪਤਾ ਚਲੇਗਾ ਆਪਕੇ ਸੁਭਾਨ ਅੱਲਾਹ ਕਿਨ ਕਾ ਜ਼ਿਕਰ ਕਰ ਰਹਾ ਹੂੰ, ਸੁਣੀਏਗਾ। ਉਸੇ ਪਾਸੇ ਰਹਿਮਤ ਰਸੂਲ ਹੋਵੇਗੀ,
رسول ہوئی کی جیڑے پاسے فاطمہ دے لال ہون گے جیڑے پاسے فاطمہ دے لال ہون گے ہمیں ساڈے آمینہ دے لال ہون گے جدوں دن حشر دے سوال ہون گے ہمیں ساڈے آمینہ دے لال ہون گے.